ਮੈਨੂੰ ਬੱਕਰੀਆਂ ਵਾਲੇ ਬਹੁਤ ਫੋਨ ਕਰਦੇ ਰਹਿੰਦੇ ਨੇ ਬਾਈ ਪੱਠ ਦੇ ਦੇ, ਅਸੀਂ ਪੱਠ ਮਤਲਬ ਇਹ ਤਾਂ ਹੈ ਨਹੀਂ ਗਾ ਵੀ ਅਸੀਂ ਕੁਝ ਪੱਠਾਂ ਤਾਂ ਪਾਲਦੇ ਨਹੀਂ ਸਾਡੇ ਕੋਠਿਆਂ ਦੇ ਪੱਠੇ ਕਰਦੇ, ਮਤਲਬ ਸਾਡੀਆਂ ਆਪਸ ਵਿੱਚ ਰਿਸ਼ਤੇਦਾਰੀਆਂ 20 ਹੁੰਦੀਆਂ ਨੇ, ਠੀਕ ਹੈ ਠੀਕ ਆ, ਅਸੀਂ ਦੇ ਵੀ ਦਿੰਦੇ ਲੈ ਵੀ ਲੈਂਦੇ ਹਾਂ, ਇੱਧਰ ਵੀ ਲੜੀਆਂ ਚੱਲਦੀਆਂ ਨੇ ਕੱਟੀਆਂ ਜਾਣਾ, ਇਹ ਵੀ ਸਾਡਾ ਆਹ ਮਤਲਬ ਭੱਟਾ ਚ ਅਸੀਂ ਇਕੱਠੇ ਕਰੇ ਨੇ, 6-7 ਦਿਨ ਹੋ ਗਏ, 6-7 ਦਿਨ ਹੋ ਗਏ ਮਤਲਬ ਮੇਲੇ ਦੀ ਸਕੀਮ ਚੱਲਦੀ ਸੀ, ਬਾਅਦ ਟੈਂਟ ਲਾਉਣਾ ਗਾ, ਇਹ ਬੱਕਰੀਆਂ ਆਪਣੇ ਪੱਟੀ ਬਣੀ ਜਾਏ, ਇਹ ਇਹਨਾਂ ਨੇ ਮੱਥੇ ਵੱਟ ਨਹੀਂ ਪਾਇਆ ਵੀ ਜਿਵੇਂ ਮਰਜ਼ੀ ਕਾਲੇ ਕੀ ਤੇਰੀਆਂ ਨੇ ਉਹਨਾਂ ਦੀਆਂ ਇਕੱਠੀਆਂ, ਹਾਂ ਮਹਾਂ ਵੀ ਇਹ ਬੱਕਰੀਆਂ ਇਕੱਠੀਆਂ ਕਰ ਲਈਆਂ, ਹੋਰ ਆਪਾਂ ਦੂਜੀ ਬੱਕਰੀ ਚਲੋ ਉਸ ਜਗ੍ਹਾ ਦੇ ਹਿਸਾਬ ਨਾਲ ਦੇਖਾਂਗੇ ਵੀ ਆਪਾਂ ਦੋ ਘਰ ਇਕੱਠੇ ਹੋਵੋ, ਘੁੱਟੋ ਦੇ ਭੱਟਾ ਇਕੱਠੇ ਹੋ ਗਏ, ਠੀਕ ਹੈ, ਇਹ ਵੀ ਨਗਰੀ ਡਬੀ, ਠੀਕ ਹੈ, ਛੇਤੀ ਨਹੀਂ ਵੀ ਦਿੰਦਾ, ਚੱਲ ਹੁਣ ਆਪਾਂ ਕਿਸੇ ਦੇ ਕੀ ਹਾਰੇ ਕੱਢਾਂਗੇ ਬਾਈ, ਅਗਲਾ ਆਪਦਾ ਵਧੰਤ ਨੀ ਵਧਾਉਂਦਾ, ਕੋਈ ਗਾਹਾਂ ਮੌਲੀ ਛੋਲੀ ਕੱਢ ਦਾਂਗੇ ਬਾਈ, ਕੋਈ ਹੀਮ ਕੀਮਤੀ ਵਿੱਚੋਂ ਹੋ ਜਾਂਦੀ ਹੈ, ਜੇ ਪੱਠਾ ਅਸੀਂ ਦੇਈਏ ਫਿਰ ਬੱਕਰੀਆਂ ਸੱਤ ਤੋਂ ਮੁੱਕ ਜਾਣਗੀਆਂ, ਗੱਲ ਵੀ ਸੱਚੀ ਹੈ, ਪਾਲੀਆਂ ਦਿੰਦੇ ਨਹੀਂ ਹੁਣ ਇਹਨਾਂ ਬੱਕਰੀਆਂ ਦੇ ਵਿੱਚ ਖੜਾ ਮੈਂ, ਇਹਦੇ ਸੰਬੰਧ ਵਿੱਚ ਆਪਾਂ ਤੁਹਾਨੂੰ ਇੱਕ ਜਾਣਕਾਰੀ ਦਿੰਦੇ, ਜਿੰਨੀ ਬੱਕਰੀ ਪਿਓਰ ਹੋਊ ਉੱਨੀ ਸੋਹਲ ਹੋਊ, ਉੱਨੀ ਸੋਫਟ ਹੋਊ, ਉੱਨੀ ਸਮੱਸਿਆ ਵੀ ਜ਼ਿਆਦਾ ਹੋਊ ਬੱਕਰੀ, ਠੀਕ ਹੈ, ਅਤੇ ਉਹਦੇ ਨਾਲ ਫਿਰ ਅਗਲਾ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਉਸ 2-4 ਦਿਨਾਂ ਲਈ ਡਾਕਟਰੀ ਟ੍ਰੇਨਿੰਗ ਨਾਲ ਹੀ ਬੱਕਰੀ ਸਿੱਖੀ ਜਾਂਦੀ, ਬੱਕਰੀਆਂ ਦੇ ਵਿੱਚ ਵਿਚਰ ਕੇ ਸਿੱਖਿਆ ਜਾਂਦਾ, ਜਦੋਂ ਬੱਕਰੀ ਮੁੱਚਦੀ ਹੈ ਨਾ ਫਿਰ ਬੱਕਰੀ ਕਈ ਵਾਰ ਇੱਕ ਮੁੱਚ ਕੇ ਤੁਹਾਨੂੰ ਧੋਖਾ ਵੀ ਦੇ ਕੇ ਉੱਥੇ ਫਿਰ ਤੁਹਾਨੂੰ ਸਿਆਣਾ ਕਰ ਜਾਂਦੀ, ਅਗਲੀ ਵਾਰ ਬੱਕਰੀ ਹੀ ਪਾਲੀ ਬੱਕਰੀਆਂ ਜੀ ਸਿੱਖ, ਠੀਕ ਹੈ ਨਾ, 50 ਕਿਲੋਮੀਟਰ ਦੇ ਬੱਦਲ ਹੁੰਦਾ ਜਿਹੜੇ ਅਸੀਂ ਹਰ ਵਕਤ ਵਿਚ ਰਹੇ, ਸਾਨੂੰ ਤਾਂ ਇਹਨਾਂ ਦੇ ਜਿਹੜੇ ਸੈਂਟਰ ਆਏ ਹੋਏ ਸਾਨੂੰ ਪਤਾ ਲੱਗਦਾ ਮੀਂਹ ਆ ਗਿਆ, ਕਿਹੜਾ ਅਸੀਂ ਹਾਈਟੈਕ ਟੀਕਾ ਲਾਈਏ, ਬੱਕਰੀਆਂ ਅਸੀਂ ਹਾਈਟੈਕ ਟੀਕੇ ਲਾਈਏ, ਅੱਜ ਅਸੀਂ ਪੱਠੇ ਦੀ ਪੱਠੇ ਦੇ ਬੱਕਰੀਆਂ ਖੰਡਣ ਲੱਗ ਗਈਆਂ, ਬਾਬੀ ਤਾਜੂ ਪੱਟ ਪੈ ਗਏ ਬੱਦਲ, ਬੱਕਰੀਆਂ ਅੱਗੇ ਵੀ ਨਹੀਂ ਨਾਲ ਕੰਨਾਂ 'ਚ ਆਵਾਜ਼ ਪਹਿਲਾਂ ਆ ਜਾਂਦੀ ਹੈ, ਚਲੀ ਇਨਸਾਨ ਦੇ ਨਿਊ ਸੈਂਸਰ ਲਾਏ ਅੱਜ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਇਹਨਾਂ ਦਾ ਦੁੱਧ ਪੀ ਕੇ ਕਰਦੇ ਹਾਂ, ਸਾਨੂੰ ਇਹਨਾਂ ਨੇ ਮੱਤ ਦਿੱਤੀ ਹੈ, ਇਹਨਾਂ ਨੇ ਸਿਖਾਇਆ ਅਸੀਂ ਅੱਜ ਤੁਹਾਡੇ ਪਬਲਿਕ ਦੇ ਵਿੱਚ ਆਉਂਦੇ ਹਾਂ, ਬਾਈ ਬਾਗ ਹੋਇਆ, ਬਾਈ ਮੁਸਤਾਕ ਹੋਇਆ, ਤੇ ਅਸੀਂ ਕੋਈ ਕੋਈ ਵੀ ਫੀਲਡ ਆ, ਕੋਈ ਵੀ ਕੰਮ ਆ, ਕਿਸੇ ਵੀ ਪਾਸੇ ਚਲੇ ਜਾਓ, ਭਰਵਾਨੀ ਵਾਲੇ ਪਾਸੇ ਜਾਓ, ਭਰਵਾਨੀ ਦੇ ਅਖਾੜੇ ਪੈਂਦੇ ਨੇ ਮੁੰਡੇ, ਇਹ ਅਗਲੇ ਹੁਣੀ ਵੀ ਕਰਾਉਂਦੇ ਨੇ ਆਪਦੇ ਖਾੜਾ ਉੱਤੇ ਭਰਵਾਨਾ ਦਾ, ਬੱਕਰੀ ਵਾਲਾ ਫੀਲਡ ਆ, ਕੋਈ ਵੀ ਫੀਲਡ ਆ, ਇਹ ਬੜਾ ਸੁੰਦਰ ਆ, ਇਹਦਾ ਕਿਸੇ ਨੇ ਵੀਡੀਓ ਰਹਿ ਗਿਆ ਵਿੱਚ ਬੰਦੇ ਕਹਿੰਦੇ ਨਾ ਸਾਡੀਆਂ, ਮੈਂ ਕਿਹਾ ਮੈਂ 40-40 ਸਾਲ ਦਾ ਹੋ ਗਿਆ ਇਹਨਾਂ ਦੀ ਉਮਰ ਤਾਂ ਨਹੀਂ ਸਿਰ ਜਦੋਂ ਮੰਨ ਕੇ ਚਲੋ ਨਾ ਵੀ ਆਪਾਂ ਪੰਜਾਬ ਤੋਂ ਬਾਹਰ ਚੱਲੇ ਆਪਾਂ ਪੰਜਾਬ ਸਾਨੂੰ ਤਾਂ ਮਤਲਬ ਜੇ ਮਲਟੀ ਕਲਰ ਦੇ ਵਿੱਚ ਇੱਕ ਕਲਰ ਦੀ ਬੱਕਰੀ ਖੜੀ ਹੈ ਜਾਂ ਮਲਟੀ ਕਲਰ ਦੀ ਬੱਕਰੀ ਦਾ ਦੂਰ ਬੜਾ ਬੱਕਰੀ ਕਿਵੇਂ ਜਦੋਂ ਮੰਨ ਲਓ ਬਾਹਰਲੇ ਸਟੇਟ ਵਾਲਿਆਂ ਨਾਲ ਗੱਲ ਹੁੰਦੀ ਹੈ ਨਾ, ਜਿਹੜੇ ਕਹਿੰਦੇ ਮੈਂ ਜੱਟ ਬਲੈਕ ਲੈਣੀ ਆ, ਕੋਈ ਕਹਿੰਦਾ ਮੈਂ ਸ਼ੇਰੀ ਲੈਣੀ ਆ,
ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਨਾ ਮਲਟੀ ਕਲਰ ਦੇ ਵਿੱਚ ਆ ਕੇ ਅਣਜਾਣ ਬੰਦੇ ਫਸ ਜਾਂਦੇ ਨੇ ਮਲਟੀ ਕਲਰ ਦੇ ਵਿੱਚ ਬੱਕਰੀ ਪਰਕੜੀ ਬਹੁਤ ਧੁੱਖੀ ਹੁੰਦੀ ਬਹੁਤ ਧੁੱਖੀ ਠੀਕ ਹੈ ਨਾ ਉਹ ਮਿਲਦੇ ਜੁਲਦੇ ਕਲਰ ਵਾਲੇ ਕਹਿੰਦੇ ਨੇ ਤਾਂ ਬਰਾਨੇ ਦੀ ਜੀਵਨ ਨੂੰ ਕਹਿੰਦੇ ਨੇ ਨਾ ਉਹ ਜਿਹੜੇ ਬਾਗ ਦੇ ਘਰ ਦੀ ਬਰਾਨੇ ਨਾਲ ਕਹਿੰਦੇ ਨੇ ਮਲਟੀ ਕਲਰ ਦੇ ਵਿੱਚ ਬੰਦਾ ਉੱਠ ਜਾਂਦਾ ਮਲਟੀ ਕਲਰ ਦਾ ਮਤਲਬ ਰੰਗ ਕਰਦੇ ਆ ਬਹੁਤ ਜਿਹੜਾ ਹੁੰਦਾ ਹੈਗਾ ਨਾ ਉਹ ਤਾਂ ਦੇਣ ਹੁੰਦੀ ਹੈ ਕਿਸੇ ਪੁੱਜਾ ਨੂੰ ਠੀਕ ਹੈ ਨਾ ਪਰ ਇਹਦਾ ਮੀਡੀਅਮ ਕੰਨ ਨਹੀਂ ਹੁੰਦਾ 8 ਤੋਂ ਲੈ ਕੇ 14 ਇੰਚ ਦੇ ਵਿੱਚ ਬੱਕਰੀ ਦਾ ਪੀਟੋ ਲੱਗਦਾ ਅਸੀਂ ਬਾਲਿਆਂ ਨੂੰ ਇਹੀ ਕਹਿੰਦੇ ਆ ਬਾਲਿਆਂ ਨੂੰ ਬਾਲਾ ਕੰਨ ਗਏ ਨਾ ਪਿਆ ਕਰੋ ਸਾਡੇ ਕੰਨ ਨਾ ਖਾਇਆ ਕਰੋ ਬੱਤ ਦੇ ਕੰਨ ਨਹੀਂ ਉਹ ਬੱਕਰੀ ਲਿਆ ਕਰੋ ਅਸੀਂ ਤੁਹਾਨੂੰ ਬਚਾਵਾਂਗੇ ਬੱਕਰੀ ਪਰਖੀ ਜਾਂਦੀ ਜਦੋਂ ਬੱਕਰੀ ਉਦੋਂ ਬਾਅਦ ਅੱਡੀ ਦਿਖਾ ਦੇਵੇ ਬੱਕਰੀ ਸਾਡੇ ਭਾਲਾ ਤਾਂ ਉਹ ਪਾਸ ਹੈ ਬਾਕੀ ਅਸੀਂ ਅੱਖਾਂ ਸੀ ਖਤਮੇ ਕਰਤੀ ਲਾਲ ਹੋਵੇ ਚਿੱਟੀ ਹੋਵੇ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਅੱਖਾਂ ਦਾ ਦਿਖਣੇ ਯਾਰ ਸਾਰੇ ਅਸੀਂ ਪਾਲੀ ਖੜਿਆ ਗੁੱਜਰ ਖੜਿਆ ਆਪਦੇ ਘਰੇ ਸਾਰੀ ਜੀਪੀ ਅੱਖਾਂ ਸੀ ਹੁਣ ਸਾਰੇ ਹੁਣ ਪਾਲੀ ਖੜਿਆ ਹਾਂ ਜਦੋਂ ਮੂੰਹ ਨੇ ਰਾਰਾ ਬਾਹਰ ਮਾਲ ਨੂੰ ਹੋ ਜਾਂਦਾ ਖੱਟੀ ਵਾਲੀ ਅੱਖ ਵਾਲੀਆਂ ਮੰਨ ਲਓ 10-10 ਬੱਕਰੀਆਂ ਨੇ ਖੱਟੀ ਅੱਖ ਵਾਲੀਆਂ 10 ਚਿੱਟੀ ਅੱਖ ਵਾਲੀਆਂ ਦਿਨ ਦੇ ਵਿੱਚ ਤਾਂ ਚਿੱਟੀ ਅੱਖ ਵਾਲੀ ਉਦੋਂ ਕਰੂਗੇ ਜਦੋਂ ਹੋ ਜਾਂਦਾ ਥੋੜ੍ਹਾ ਜਿਹਾ ਮੂੰਹ ਨੇਰਾ ਖੱਟੀ ਅੱਖ ਵਾਲੀਆਂ ਬੱਕਰੀਆਂ ਮੂਹਰੇ ਹੋ ਜਾਣਗੀਆਂ ਤੇ ਚਿੱਟੀ ਅੱਖ ਵਾਲੀਆਂ ਮੰਨ ਲਓ ਜਾਣ ਉਹਨਾਂ ਦੀ ਸੂਹ ਨਾਲ ਤਰੂਗੀ ਹਾਂ ਖੱਟੀ ਅੱਖ ਵਾਲੀ ਬੱਕਰੀ ਦੀ ਮਤਲਬ ਜਦੋਂ ਹਨੇਰਾ ਹੁੰਦਾ ਇਹਦੀ ਸੂਹ ਜ਼ਿਆਦਾ ਹੁੰਦੀ ਹੈ ਇਹਨੂੰ ਕਹਿੰਦੇ ਗਹਿਰੀ ਅੱਖ ਖੱਟੀ ਲਾਲ ਨੂੰ ਆਪਾਂ ਗਹਿਰੀ ਅੱਖ ਕਹਿ ਦਿੰਦੇ ਹਾਂ ਇਹਦੀ ਨਿਗਾਹ ਜ਼ਿਆਦਾ ਹੁੰਦੀ ਹੈ ਖੱਟੀ ਅੱਖ ਵਾਲੀ ਬੱਕਰੀ ਚਿੱਟੀ ਅੱਖ ਵਾਲੀ ਬੱਕਰੀ ਹਮੇਸ਼ਾ ਜਦੋਂ ਦੇਖ ਲਿਓ ਵੀ ਉਹ ਅੱਖਾਂ ਕਰਕੇ ਨਹੀਂ ਭਾਗਦੀ ਜਿਹੜੀ ਖੱਟੀ ਅੱਖ ਵਾਲੀ ਉਹ ਮੇਗ ਲਈ ਹੁੰਦੀ ਅੱਖ ਵਾਲੀ ਗਹਿਰੀ ਅੱਖ ਵਾਲੀ ਆਪਾਂ ਹੁਣ ਫੋਟੋ ਬਣਾ ਲਓ ਜੀ ਨੇ ਇੱਧਰ ਹੁਣ ਆ ਜਾਓ ਤੇ ਵੀਡੀਓ ਐਂਡ ਕਰਾਂਗੇ ਅਸੀਂ ਬਹੁਤ ਬਹੁਤ ਸਾਡੇ ਡਾਕਟਰ ਨੰਬਰ ਬੋਲੋ ਖੜ ਜਾਓ ਨੰਬਰ 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 ਚਲੋ ਅਸੀਂ ਬਾਅਦ 'ਚ ਤਾਂ ਪ੍ਰੋਗਰਾਮ ਲੜ ਪਾਂਗੇ ਅਤੇ ਗਲਾਹੀ ਵਾਲੇ ਮੁੰਡੇ ਸਾਡੇ ਇੱਥੇ ਮਿਸ ਹੋ ਗਏ ਹੁਣ ਬਾਅਦ 'ਚ ਭੂਰ ਆ ਗਏ ਉਹਨੂੰ ਗੱਲ ਕੀ ਇੱਥੇ ਪਹੁੰਚੇ ਇਕੱਠੇ ਲਿਆਏਗਾ ਮੇਲੇ ਯਾਰ ਇਕੱਠਾ ਭਰਾਵਾਂਗੇ ਆਪਣੇ ਜਵਾਕ ਨੇ ਉਹ ਆਹ ਮੇਲਾ ਇਕੱਠਾ ਲਵਾਵਾਂਗੇ ਮੇਲੇ 'ਚ ਆਏ ਜਿਹੜੇ ਚਾਹ ਪੀ ਕੇ ਗਏ ਆ ਵੀ ਆਪਣੀ ਆਪਦੇ ਨੂੰ ਕਿਹਾ ਜਾਂਦਾ ਆਪਦੇ ਨੂੰ ਕਿਹਾ ਜਾਂਦਾ ਆਪਦੇ ਨੂੰ ਕਿਹਾ ਜਾਂਦਾ ਹਣੇ ਪੁਰਾਣੀ ਮੁੰਡੇ ਆ ਆਪਣੀ ਮਾਂ ਦੀ ਗੱਡੀ ਤੋਂ ਮਾਰ ਕੇ ਤੁਹਾਨੂੰ ਚਲਾ ਗਿਆ ਮੇਰੇ ਹਾਂਜੀ ਫੋਟੋ ਬਣਾ ਕਰਦੇ ਆ ਆਪਸੇ ਜਵਾਬ ਦੇਣਾ।